ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਹੋਪ ਕਿ ਸਾਰਿਆਂ ਨੇ ਵਧੀਆ ਹੋਵੋਗੇ। ਅਸੀਂ ਬਹੁਤ ਜ਼ਿਆਦਾ ਵਧੀਆ ਵਾਂ ਅਤੇ ਅੱਜ ਅਸੀਂ ਆਏ ਹੋਏ ਸੀਗੇ ਜੀ ਚੰਡੀਗੜ੍ਹ ਘੁੰਮਣ ਫਿਰਨ ਵਾਸਤੇ। ਜ਼ੂ ਵਗੈਰਾ ਦੇਖਾਂਗੇ ਜੀ, ਕੁਛ ਹੋਰ ਵੀ ਹੋਇਆ ਆਪਾਂ ਪਲੈਨ ਬਣਾ ਰਹੇ ਹਾਂ ਅਤੇ ਹੋਰ ਵੀ ਆਪਾਂ ਬਣਾਵਾਂਗੇ ਕੁਛ ਨਾ ਕੁਛ। ਬਾਕੀ ਆਪਾਂ ਫਿਲਹਾਲ ਜ਼ੂ ਜਾ ਰਹੇ ਹਾਂ ਅਤੇ ਇਸ ਟਾਈਮ ਆਪਣੀ ਕਲੋਨੀ ਵਿੱਚ ਆਪਾਂ ਖੜ੍ਹੇ ਹਾਂ ਅਤੇ ਸਾਰੀ ਫੈਮਿਲੀ ਇਸ ਟਾਈਮ ਹੈ ਨਾ ਰੈਡੀ ਆ ਅਤੇ ਆਪਣੀ ਜਿਹੜੀ ਉਬਰ ਹੈਗੀ ਆ ਉਹ ਵੀ ਆ ਚੁੱਕੀ ਹੋਈ ਆ ਅਤੇ ਬਾਕੀ ਜਿਹੜੀ ਆਪਣੀ ਜਿਹੜਾ ਵਲੋਗ ਹੈਗਾ ਵਾ ਉਹ ਆਪਾਂ ਹੁਣ ਕਰਦੇ ਹਾਂ ਸਟਾਰਟ। ਨਾ ਨਾ ਤੂੰ ਚੱਲ ਜਾ ਕੱਗੋਰੇ ਜਾ ਤੂੰ ਵੀ। ਕਿੰਨੇ ਜਾਣੇ ਬਹਿ ਗਏ ਪਿੱਛੇ? ਆਪਾਂ ਵੀ ਬਹਿੰਦੇ ਹਾਂ ਨਾ। ਮਿੱਤਰੋ ਪਹੁੰਚ ਚੁੱਕੇ ਹੋਏ ਆ, ਪੇਮੈਂਟ ਵਗੈਰਾ ਹੋ ਰਹੀ ਆ। ਲੋ ਵੀ ਮਿੱਤਰੋ ਫਾਈਨਲੀ ਅਸੀਂ ਐਂਟਰ ਕਰ ਚੁੱਕੇ ਹਾਂ ਅਤੇ ਬਾਕੀ ਇਸ ਟਾਈਮ ਆਪਾਂ ਟਿਕਟਾਂ ਵਗੈਰਾ ਲੈਣੀਆਂ ਨੇ। ਹਾਲੇ ਆਪਾਂ ਨੂੰ ਕੁਛ ਨਹੀਂ ਪਤਾ ਕਿ ਟਿਕਟਾਂ ਦਾ ਪ੍ਰਾਈਜ਼ ਕੀ ਹੋ ਸਕਦਾ ਵਾ ਅਤੇ ਬਾਕੀ ਵਧੀਆ ਵਾ ਇਸ ਟਾਈਮ ਪੂਰਾ ਮਾਹੌਲ ਹੈ ਨਾ। ਕਹਿੰਦੇ ਵਿੱਚ ਸ਼ੇਰ ਚੀਤੇ ਵੀ ਹੈਗੇ ਆ ਅਤੇ ਸਾਰਾ ਕੁਛ ਦਿਖਾਵਾਂਗੇ ਵਲੋਗ ਨੂੰ, ਪੂਰਾ ਦੇਖਿਓ। ਮਿੱਤਰੋ ਟਿਕਟਸ ਵਾਲਾ ਆ ਰਿਹਾ, ਜੈਂਟਸ ਆ ਰਿਹਾ ਅਤੇ ਲੇਡੀਜ਼ ਹੋ ਰਿਹਾ ਹੈ ਨਾ। ਬਾਕੀ ਆਪਾਂ ਤਾਂ ਇੱਧਰ ਹੀ ਜਾਵਾਂਗੇ। ਮਿੱਤਰੋ ਅਡਲਟ ਦੀ 100 ਰੁਪਏ ਟਿਕਟ ਆ ਅਤੇ ਚਿਲਡਰਨ ਦੀ ਹੈਗੀ ਆ ਜਿਹੜੀ 3 ਤੋਂ ਲੈ ਕੇ 12 ਸਾਲ ਤੱਕ ਉਹਦੀ ਹੈਗੀ 50 ਰੁਪਏ ਟਿਕਟ। ਟਾਈਮ ਜ਼ੂ ਦਾ ਟਾਈਮਿੰਗ ਹੈਗੀ ਆ 5 ਵਜੇ ਤੱਕ ਓਪਨ ਹੁੰਦਾ, ਉਸ ਤੋਂ ਬਾਅਦ ਇਹ ਫਿਰ ਬੰਦ ਹੋ ਜਾਂਦਾ ਵਾ। ਐਂਟਰੀ ਗੇਟ ਵੀ ਡਾਇਨਾਸੌਰ ਵੀ ਹੈਗੇ ਆ। ਬਾਕੀ ਦੇਖਦੇ ਹਾਂ ਇਸ ਟਾਈਮ ਕੀ ਹੈ, ਵੀ ਕੁਛ ਨਹੀਂ ਪਤਾ, ਆਈਡੀਆ ਨਹੀਂ ਹੈਗਾ। ਮਿੱਤਰੋ ਅਸੀਂ ਆਪਣੀ ਟਿਕਟ ਤਾਂ ਕਰਾ ਲਈ ਹੋਈ ਆ ਅਤੇ ਹੁਣ ਦੂਜੀ ਟਿਕਟ ਹੋ ਰਹੀ ਆ ਜਿਹੜੀ ਕਿ ਉਹ ਨਹੀਂ ਹੁੰਦੀ, ਛੋਟਾ ਜਿਹਾ ਟੈਂਪੂ ਜਿਹਾ ਹੁੰਦਾ ਵਾ ਅਤੇ ਉਹਦੀ ਟਿਕਟ ਅਲੱਗ ਤੋਂ ਹੁੰਦੀ ਆ, ਅੰਦਰ ਆ ਕੇ ਹੁੰਦੀ ਆ। ਦੇਖੋ ਇਸ ਟਾਈਮ ਆਵਲਾ ਮੋਸ਼ ਪੋਸ਼ਨ ਆ ਸਾਰਾ, ਇੱਥੇ ਟਿਕਟਾਂ ਹੁੰਦੀਆਂ ਨੇ ਉਸ ਗੱਡੀ ਦੀਆਂ ਹੈ ਨਾ। ਅਤੇ ਬਾਕੀ ਉਹ ਦੇਖੋ ਸਾਹਮਣੇ ਬੋਰਡ ਲੱਗਿਆ ਹੋਇਆ ਵਾ ਕਿ ਦਿਸ ਵੇ ਹੈ ਨਾ, ਉਸ ਤੋਂ ਬਾਅਦ ਆਪਾਂ ਉੱਧਰ ਨੂੰ ਜਾਣਾ ਵਾ। ਫਿਰ ਆਪਣਾ ਸਾਰਾ ਸਿਸਟਮ ਜਿਹੜੀ ਉਹ ਵਾਲੀ ਬੱਗੀ ਜੀ ਉਹ ਦਿਖਦੀ ਪਈ ਤੁਹਾਨੂੰ, ਉਹ ਵਾਲੀ ਉਹਦੇ ਵਿੱਚ ਬਹਿ ਕੇ ਪੈਂਟ ਪਾਉਣੇ ਪੈਂਦੇ ਆ ਅਤੇ ਸਾਰਿਆਂ ਦੇ ਪਾਉਣਗੇ। ਲੱਗ ਰਹੀ ਮੇਰੀ ਪਾ ਦੇ ਯਾਰ ਰੱਖੜੀ ਰੱਖੜੀ ਲਓ ਵੀ। ਹਾਂ ਵੀ ਬੱਬਲ ਫੇ ਤੂੰ ਤਾਂ ਦੋ ਬਣਵਾ ਲਾ, ਦੋ ਵਾਰੀ ਦੇਖ ਲਿਓ, ਇੱਦਾਂ ਤਾਂ ਨਹੀਂ ਹੁੰਦਾ ਵੀਰੇ ਦੋ ਵਾਰੀ ਪਾਉਣਾ, ਦੋ ਵਾਰੀ ਦੇਖ ਲਓ। ਨੰਬਰ ਲਿਖੇ ਹੁੰਦੇ ਆ 435 ਅਤੇ ਜਿਹੜਾ ਆਪਣਾ ਇੱਕ ਬਾਈ ਖੜਾ ਵਾ ਇੱਧਰਲੇ ਪਾਸੇ ਉਹ ਆਵਾਜ਼ ਮਾਰ ਦਿੰਦਾ ਵਾ ਅਤੇ ਨਾਲ ਹੀ ਆਪਾਂ ਸਿੱਟ ਕਰ ਦਿੰਦੇ ਹਾਂ ਨੰਬਰ ਵਾਈਜ਼ ਦਾ। ਵਧੀਆ ਵਾ ਨਾ, ਲੜਾਈ ਲੜੂਈ ਵੀ ਨਹੀਂ ਹੁੰਦੀ ਹੈਗੀ ਕਿ ਮੈਂ ਬਹਿਣਾ ਮੈਂ ਬਹਿਣਾ। ਕਿੱਥੇ ਜਿੱਦਾਂ ਹਾਂ, ਮਤਲਬ ਮੈਂ ਕਿਹਾ ਨੰਬਰ ਆ ਟਿਕਟ ਦੇ ਅਤੇ ਮੈਂ ਕਿਹਾ ਕਿੰਨਾ ਵਧੀਆ ਨਾ, ਲੜਾਈ ਵਗੈਰਾ ਨਹੀਂ ਹੁੰਦੀ ਇਹਦੇ ਨਾਲ ਹੈ ਨਾ। ਟਿਕਟ ਵਾਈਜ਼ ਬੰਦਾ ਬਹਿੰਦਾ ਵਾ, ਪਹਿਲਾਂ ਕਿਤੇ ਬੰਦਾ ਰੌਲਾ ਪਾ ਲੈਂਦਾ ਹੋਣਾ, ਓਏ ਮੇਰੀ ਵਾਰੀ ਆ ਮੈਂ ਬੈਠੂੰਗਾ, ਨਹੀਂ ਮੇਰੀ ਫੈਮਿਲੀ ਮੈਂਬਰ ਇੰਨੇ ਨੇ, ਇੱਦਾਂ ਹੁੰਦਾ ਹੁੰਦਾ। ਲਓ ਵੀ ਮਿੱਤਰੋ ਫਾਈਨਲੀ ਪਹਿਲੀ ਵਾਰ ਫਸਟ ਟਾਈਮ ਦੇਖ ਰਿਹਾ ਮੈਂ ਖੁਦ ਟਾਈਗਰ, ਫਸਟ ਟਾਈਮ ਦੇਖ ਰਿਹਾ ਵਾਂ ਅਤੇ ਤਾਂ ਦਿਖਾਉਂਦੇ ਹਾਂ ਮਾੜਾ ਜਿਹਾ ਹੁਣ ਜਾ ਕੇ। ਉਹ ਦੇਖੋ ਯਾਰ ਕਿਆ ਬਾਤ ਹੈ ਬਾਈ, ਨਜ਼ਾਰੇਦਾਰ ਆ, ਜੋ ਚੀਜ਼ ਆਪਾਂ ਮੂਵੀਆਂ 'ਚ ਦੇਖਦੇ ਹਾਂ ਰਿਐਲਿਟੀ ਵਿੱਚ ਆ। ਵਿਚਾਰਾ ਅਟਰੈਕਸ਼ਨ ਕਿੱਡਾ ਭਾਰਾ ਨਾ, ਦੇਖ ਲਾ ਮੋਟੂ ਆ ਪੂਰਾ, ਆ ਗਿਆ ਆ ਗਿਆ। ਲੈ ਵੀ ਥੋੜ੍ਹਾ ਜਿਹਾ ਹਾੜ ਤਾਂ ਮਾਰ ਦੇ, ਨਿਗਾਹ ਵਾ ਉਹਦੀ ਖਾਣ ਦੇ ਵਿੱਚ ਦੇ ਜੀਭਾ ਮਾਰਦਾ। ਚੰਗੀ ਤਰ੍ਹਾਂ ਦਰਸ਼ਨ ਕਰਾ ਆਪਣੇ ਪਹਿਲਾਂ, ਉਧਰ ਚਲਾ ਗਿਆ ਜਵਾਕ ਜੋ ਗਿਰੇ ਸੀ ਆਵਲਾ ਜਿਹੜਾ ਲੀਵਨ ਹੈਗਾ ਵਾ ਇਹ ਵਾਈਟ ਕਲਰ ਦਾ ਵਾ। ਦੇਖੋ ਯਾਰ ਬਹੁਤ ਪਿੱਛੇ ਆ, ਥੋੜ੍ਹਾ ਜਿਹਾ ਕੈਮਰਾ ਨਾ ਦੇਖੋ ਜ਼ਿਆਦਾ ਜ਼ੂਮ ਪਿਕਸਲ ਪੱਟ ਰਹੇ ਆ, ਦੇਖਦਾ ਮੈਂ ਤੁਹਾਨੂੰ ਮਾੜਾ ਮਾੜਾ। ਦੇਖੋ ਦੇਖੋ ਉਹ ਫਿਰਦਾ, ਦੇਖੋ ਵੀਰੇ ਇਸ ਤੋਂ ਪਹਿਲਾਂ ਦੇਖਿਆ ਤੂੰ? ਮੈਂ ਟਾਈਗਰ ਨਹੀਂ ਦੇਖਿਆ, ਦੂਜਾ ਦੇਖਿਆ, ਲਾਇਨ ਦੇਖਿਆ ਹੋਇਆ। ਲਾਇਨ ਦੇਖਿਆ ਹੋਇਆ, ਉਹ ਵੀ ਹੈਗਾ ਇੱਥੇ ਮੇਰੇ ਹਿਸਾਬ ਨਾਲ ਹੈ ਨਾ? ਠੀਕ ਹੈ ਠੀਕ ਹੈ ਓਕੇ ਮਤਲਬ ਮੈਨੂੰ ਐ ਲੱਗਿਆ ਕਿ ਤੂੰ ਦੇਖਿਆ ਹੋਇਆ, ਮਤਲਬ ਤੂੰ ਵੀ ਫਸਟ ਵਾਰ ਦੇਖ ਰਿਹਾ ਹੈ ਟਾਈਗਰ। ਟਾਈਗਰ ਨੂੰ ਫਸਟ ਟਾਈਮ ਦੇਖ ਰਿਹਾ ਹਾਂ, ਠੀਕ ਹੈ ਠੀਕ ਹੈ ਓਕੇ ਮਤਲਬ ਜਿੱਦਾਂ ਆਪਾਂ ਮੂਵੀਆਂ 'ਚ ਦੇਖਦੇ ਹਾਂ ਉਦਾਂ ਹੀ
अगे जाने हूं आप अगे जाके मिलते हैं तानू हना लियोन होंगे बड़े बाला वाला एक होर जरा पहला दंद खाया सी ब्राउन आला है ना हौली सारा कुछ दिखावांगे स्किप ना करियो थोड़ा जिहा भी बाकी हर सब तैनूं किद्दां लगदा वे बिलकुल है ना वीरू इनफॉर्मेशन पढ़ लो जिन्हें पढ़नी है स्टॉप करके है ना ਹੁਣ ਤੁਹਾਨੂੰ ਦਿਖਾਉਣ ਚੱਲੇ ਜੀ ਆਪਾਂ ਹਿੱਪੋ ਮਤਲਬ ਦਰਿਆਈ ਘੋੜੇ ਜਿਹੜੇ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਹੈ ਨਾ ਅਤੇ ਬਾਕੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਧਰਲੇ ਪਾਸੇ ਇਸ ਟਾਈਮ ਸਾਹਮਣੇ ਆ ਆਪਣੇ ਲੋਕੇਸ਼ਨ ਰੋ ਚੈੱਕ ਕਰੋ ਇੱਕ ਵਾਰੀ ਦੋ ਨੇ ਇੱਕ ਆ ਰਿਹਾ ਇੱਕ ਆ ਰਿਹਾ ਯਾਰ ਬਾਹਰ ਨਹੀਂ ਆ ਰਿਹਾ ਇੱਕ ਵਾਰੀ ਬਾਹਰ ਆ ਜਾਵੇ ਨਾ ਮਜ਼ਾ ਆ ਜਾਵੇ ਹੈ ਨਾ ਤੁਹਾਨੂੰ ਵੀ ਅਤੇ ਮੈਨੂੰ ਵੀ ਇਹਦੀ ਇਨਫੋਰਮੇਸ਼ਨ ਪੜ੍ਹ ਲਓ ਅਤੇ ਬਾਕੀ ਯਾਰ ਆਪਾਂ ਅੱਗੇ ਰਾਊਂਡ ਲਗਾ ਕੇ ਆਉਂਦੇ ਕੀ ਪਤਾ ਵਾਪਸ ਆਉਂਦੇ ਹੋਏ ਬਾਹਰ ਹੀ ਆ ਜਾਵੇ ਹੈ ਨਾ ਲਓ ਵੀ ਇਧਰਲੇ ਪਾਸੇ ਚੈੱਕ ਕਰਦੇ ਇੱਧਰ ਹੈਗਾ ਜਾਂ ਨਹੀਂ ਇੱਧਰ ਸਾਫ਼ ਪਾਣੀ ਭਰਦੇ ਪਿਆ ਓਕੇ ਇਹਦੇ ਲਈ ਵੀ ਯਾਰ ਦਰਿਆਈ ਘੋੜਾ ਤਾਂ ਬਾਹਰ ਨਹੀਂ ਆਇਆ ਆਪਾਂ ਅੱਗੇ ਆ ਗਏ ਹੁਣ ਕਿਉਂਕਿ ਟਾਈਮ ਵੀ ਓਵਰ ਹੋਣ ਵਾਲਾ ਵਾ ਮਤਲਬ ਛੇਤੀ ਕਲੋਜ਼ਡ ਹੋਣ ਵਾਲਾ ਵਾ ਥੋੜ੍ਹੇ ਲੇਟ ਹੀ ਆਏ ਸੀਗੇ ਆਪਾਂ ਅਤੇ ਬਾਕੀ ਕਿਸੇ ਨੇ ਸਹਾਇਤਾ ਲਈ ਕਾਲ ਕਰਨੀ ਹੈ ਤਾਂ ਆਹ ਨੰਬਰ ਦਿੱਤਾ ਹੋਇਆ ਇੱਥੇ ਯਾਰ ਬਹੁਤ ਜ਼ਿਆਦਾ ਵਧੀਆ ਫੈਸਿਲਿਟੀਜ਼ ਦਿੱਤੀਆਂ ਗਈਆਂ ਵਾ ਇੱਥੇ ਬੈਠਣ ਲਈ ਵੀ ਹੈਗਾ ਵਾ ਅਤੇ ਇੱਧਰ ਦੇਖੋ ਹੁਣ ਆਪਾਂ ਆਹ ਵੀ ਦੇਖਾਂਗੇ ਡਾਇਨਾਸੌਰ ਵਗੈਰਾ ਕਲੋਜ਼ਿੰਗ ਟਾਈਮ 5 ਵਜੇ ਇਹ ਵੀ 5 ਵਜੇ ਕਲੋਜ਼ਡ ਹੋ ਜਾਂਦਾ ਵਾ ਅਤੇ ਬਾਕੀ ਇੱਧਰ ਅੱਜ ਲਿਖਿਆ ਹੋਇਆ ਵਾ ਦੋ ਮਿੰਟਾਂ ਦਿਖਾਉਣਾ ਦਰਸ਼ਾਂ ਲਈ ਸ਼ੈਂਡ ਪਤਾ ਨਹੀਂ ਵਿਜ਼ਿਟ ਸ਼ੈਲਟਰ ਓਕੇ ਵਾਰੀ ਵਾਈਟ ਹਿਰਨ ਚੈੱਕ ਕਰੋ ਯਾਰ ਹੈ ਨਾ ਕਿੱਡੇ ਸੋਹਣੇ ਨੇ ਅਤੇ ਬਾਕੀ ਉਹ ਡਰ ਰਹੇ ਨੇ ਅੱਗੇ ਨਹੀਂ ਆਉਂਦੇ ਯਾਰ ਇਹ ਬਹੁਤ ਬਿਲਕੁਲ ਨਜ਼ਾਰਾ ਆ ਰਿਹਾ ਮਿੱਤਰੋ ਇੱਧਰ ਆ ਕੇ ਪੀਕ ਚ ਘੁਲਕੇ ਆਪਣੇ ਖੜੇ ਨੇ ਤੇ ਬਾਕੀ ਇੰਡੀਆ ਵਿੱਚ ਤਾਂ ਗਲੀਆਂ ਵਿੱਚ ਹੀ ਲੈ ਕੇ ਆਉਂਦੇ ਰਹਿੰਦੇ ਆ ਪੁਜਾਰੀ ਜਿਹੜੇ ਹੁੰਦੇ ਆ ਉਹ ਸ਼ੰਖ ਵਾਲੇ ਹਨਾ ਤੇ ਬਾਕੀ ਫਿਰ ਵੀ ਜੇ ਕਿਸੇ ਨੇ ਦੇਖਣਾ ਆਪਾਂ ਦਿਖਾ ਦਿੰਦੇ ਆ ਮਤਲਬ ਇਹਦਾ ਸੈਂਸ ਆ ਦੇਖੋ ਤੁਹਾਡੇ ਸਾਹਮਣੇ ਆ ਜੰਗਲੀ ਨੇ ਥੋੜੇ ਜਿਹੇ ਹਨਾ ਸਿੰਘ ਲੱਗੇ ਹੋਏ ਨੇ ਇਹਨਾਂ ਦੇ ਦੇਖੋ ਪੂਰੀ ਫੈਮਿਲੀ ਆ ਰਾਹ ਦੇਖੋ ਹੈ ਨਾ ਇਹਨੂੰ ਆਪਾਂ ਲੱਕੜ ਬੱਗਾ ਕਹਿ ਦਿੰਦੇ ਹਾਂ ਲੱਕੜ ਬੱਗਾ ਪਤਾ ਨਹੀਂ ਕਿੱਧਰ ਗਿਆ ਆਪਣੀ ਗੁਫਾ 'ਚ ਵੜ ਗਿਆ ਯਾਰ ਕਿਆ ਯਾਰ ਸਾਰੇ ਜਾਣੇ ਗਏ ਵੀ ਹੋ ਗਏ ਲਾਈਨ ਸਫਾਰੀ ਕਰਨ ਲਈ ਚੱਲੇ ਹਾਂ ਇਹਦੀ ਟਿਕਟ ਯਾਰ ਡਿਫਰੈਂਟ ਆ ਦੇਖੋ 75 ਰੁਪਏ ਭੇੜੀਏ ਨੂੰ ਵਾਜਾ ਕੱਢ ਕੱਢ ਕੇ ਬੁਲਾਇਆ ਉਹ ਨੀ ਬਦਲ ਉਹ ਚਲੋ ਤੁਹਾਨੂੰ ਕੱਲਾ ਕੱਲਾ ਹੋਵੇ ਚਲੋ ਐਂਟਰੀ ਹੋ ਗਈ ਦੋ ਗੇਟ ਨੇ ਬਾਈ ਦੋ ਗੇਟ ਖੁੱਲਦੇ ਨੇ ਆ ਦੇਖੋ ਜੰਗਲ ਦੇ ਲਈ ਇੱਕ ਹੋਰ ਖੁੱਲਦਾ ਪਿਆ ਅੱਗੇ ਮਤਲਬ ਹੁਣ ਆਪਾਂ ਜੰਗਲ ਦੇ ਵਿੱਚ ਘੁੰਮਾਂਗੇ ਉੱਥੇ ਲੱਭਣੇ ਪੈਣਗੇ
फिर तो गैंग ही है पूरी। फोटो चेक करो सारे जने एक बारी। शेर का शिकार किया है शेर का कैनेडा दे विच। आवा शेर देखना है शिकार करते हैं। लाइन सफारी खत्म हो चुकी है। गोरे से की एक्सपीरियंस रहे सी के तेरे इधरले पासे आ है भाई। मैं तो यही कहना चाहूंगा जेडे शेर सी के ना ही पुछो दा वधिया। क्यों की हो गया शेर फिर ठीक सी जेडे बब्बर शेर सी ए सॉरी दे जिमे बकरियां कह सकते आओ वाला बकरियां नु कपड़े सिंग सिंग इस ब्लिंग दे विच इदा और पानी ना बेग जी पार हुंदा वा ओ सीन लग रहा सी गा मतलब है ना। ते बाकी जो भी सीगा इंजेक्शन वगैरह ला के ना कितना हीर मुरन दिखाया बस ला दे फोटो फिर आप ही हिसाब जे तुसी ला लो। ओ इदा भी इंजेक्शन वगैरह ला के सुस्त कीते हुंदे है। हां वैसे कीते हुंदे है थोड़ा ताकि एक्टिव घट रहन है ना। डाइट ਦੇ ਵਿੱਚ ਕੁਝ ਪਾਉਂਦੇ ਹੋਣੇ ਆ ਡਾਈਟ ਘੱਟ ਰੱਖਦੇ ਨਸ਼ੀਲੀ ਦਵਾਈਆਂ ਰੱਖਦੇ ਹਾਂ ਨੋਰਮਲੀ ਇਹਨਾਂ ਦੀ 20 ਤੋਂ 25 ਕਿਲੋ ਖਾਂਦੇ ਆ ਇਹਨਾਂ ਨੂੰ ਫਿਰ 10 ਕਿਲੋ ਦਿੰਦੇ 10 ਕਿਲੋ ਦਿੰਦੇ ਅੱਧੀ ਡਾਈਟ ਦਿੰਦੇ ਅੱਧੀ ਡਾਈਟ ਦਿੰਦੇ ਅਗਲੇ ਕਹਿੰਦੇ ਤਗੜੇ ਹੋ ਗਏ ਤੇ ਬਸ ਨਾ ਮੁੱਦੀ ਮਾਰ ਲੈ ਆ ਜਾ ਬੰਦਾ ਜਲਦੀ ਆ ਵੈਜ ਚਲੋ ਆ ਤੂੰ ਇੱਥੇ ਬੈਠ ਕੇ ਵੀਡੀਓ ਬਣਾ ਇੱਥੇ ਮੈਂ ਇੱਥੇ ਬੈਠਾ ਲਵੀ ਮਿੱਤਰੋ ਲੈਪਰਡ ਕਹਿੰਦੇ ਇਹਨੂੰ ਜੈਗਵਰ ਤੇ ਤੁਹਾਡੇ ਸਾਹਮਣੇ ਇਨਫੋਰਮੇਸ਼ਨ ਹੈ ਤੇ ਬਾਕੀ ਯਾਰ ਇਹ ਵੀ ਸ਼ਾਇਦ ਆਪਣੇ ਖੁੱਡ 'ਚ ਵੜ ਗਿਆ ਪਿੱਛੇ ਦੇਖੋ ਹੈ ਨਾ ਤੁਹਾਡੇ ਸਾਹਮਣੇ ਹੀ ਆ ਅਤੇ ਬਾਕੀ ਆਪਣੇ ਨਾਲ ਫੋਨ ਪੋਪਕੋਰਨਸ ਚੱਲ ਰਹੇ ਆ ਅਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਆ ਹੈ ਨਾ ਅਤੇ ਸਾਰਿਆਂ ਨੇ ਇਸ ਟਾਈਮ ਯਾਰ ਸ਼ਾਮ ਹੋ ਗਈ ਆ ਅਤੇ ਸਾਰਿਆਂ ਦਾ ਸੌਣ ਦਾ ਟਾਈਮ ਹੋ ਗਿਆ ਫਿਲਹਾਲ ਮਤਲਬ ਹੁਣ ਸ਼ਾਮ ਹੋ ਗਈ ਹੋਈ ਆ ਪੂਰੀ। ਲੋ ਵੀ ਮਿੱਤਰੋ ਤੇਂਦੂਆ ਅਤੇ ਤੁਹਾਡੇ ਸਾਹਮਣੇ ਹੀ ਆ ਬਸ ਬੋਰਡ ਹੀ ਦੇਖਣ ਨੂੰ ਮਿਲ ਰਹੇ ਆ ਉਹ ਤਾਂ ਅੰਦਰ ਵੜ ਗਏ ਆਪਣੇ ਘਰਾਂ ਦੇ ਵਿੱਚ। ਲੋਂਬੜੀ ਚੈੱਕ ਕਰੋ ਕੁਛ ਤਾਂ ਦੇਖਣ ਨੂੰ ਮਿਲਿਆ ਹਾਂ ਟੀਵੀ ਵਾਲੀ ਵੱਡੀ ਹੁੰਦੀ ਆ ਛੋਟੀ ਜੀ ਆ ਇਹਨੇ ਪੌਪਕੋਰਨ ਪਾ ਦੇ ਖਾ ਲੂਗੀ ਦੇਖੀ ਬਾਹਰ ਆ ਗਿਆ ਭੱਜ ਕੇ ਆਣਾ ਇੱਕੋ ਦਮੀ ਭੱਜ ਗਿਆ ਭੱਜ ਗਿਆ ਰੱਸੀ ਪਾ ਕੇ ਗੇੜਾ ਲਾ ਕੇ ਹਾਂ ਗੋਰੇ ਹੱਥ ਲਾ ਕੇ ਦਿਖਾ ਜੇ ਦਮ ਹੈਗਾ ਵਾ ਉਹ ਅੱਗੇ ਹੋਰ ਵੀ ਆ ਗਿਆ ਅੱਗੇ ਵੀ ਹੈਗਾ ਉਹ ਦੇਖੋ ਕਿੱਡੇ ਇਹਨਾਂ ਨੇ ਰਸਤਾ ਘੇਰਿਆ ਚੱਲ ਅੰਦਰ ਵੜ ਗਿਆ। ਇਧਰਲੇ ਪਾਸੇ ਡਾਇਨਾਸੋਰ ਪਾਰਕ ਓਪਨ ਹੁੰਦਾ ਵਾ ਫਿਰ ਆਪਾਂ ਅੰਦਰ ਜਾ ਕੇ ਦੇਖ ਸਕਦੇ ਹਾਂ। ਵੈਸੇ ਤਾਂ ਹੁੰਦੇ ਨੀ ਫੇਕ ਬਣਾਏ ਹੋਣਗੇ ਆਲਮੋਸਟ ਫੇਕ ਹੀ ਹੋਣਗੇ। ਹਾਂ ਵਾ ਦੇਖੋ ਮੇਨ ਐਂਟਰੀ ਗੇਟ ਗੌਰ ਚੈੱਕ ਕਰੋ ਗੌਰ ਕਿਆ ਬਾਤ ਹੈ ਥੋੜ੍ਹਾ ਹਨੇਰਾ ਹੋ ਗਿਆ ਅਗਰੈਸਿਵ ਦੇ ਵਿੱਚ ਆ ਯਾਰ ਬਹੁਤ ਜ਼ਿਆਦਾ ਆ ਜਾ ਉਰੇ ਉਰੇ ਦੇ ਕਿੱਡਾ ਗੁੱਸੇ 'ਚ ਆਉਣਾ ਹੈ ਗੌਰ ਡੈ ਬੱਬਲ ਹਾਂ ਹੈ ਹੀ ਅਗਰੈਸਿਵ ਹੁੰਦੇ ਨੇ। ਚਲੋ ਮਿੱਤਰੋ ਫਾਈਨਲੀ ਆਪਾਂ ਦੇਖ ਲਿਆ ਹੁਣ ਆਪਾਂ ਦੁਬਾਰਾ ਬੱਸ 'ਚ ਚੱਲਦੇ ਹਾਂ। ਮਿੱਤਰੋ ਇੱਕ ਵਾਰੀ ਮਗਰਮੱਛ ਚੈੱਕ ਕਰੋ ਥੋੜ੍ਹਾ ਹਨੇਰਾ ਹੋ ਗਿਆ ਜ਼ਿਆਦਾ ਹੀ ਕੁਛ ਯਾਰ ਆ ਬੈਠੇ ਆ ਦੇਖੋ ਕਿਆ ਬਾਤ ਹੈ ਵਾਹ ਬੱਤਕਾਂ ਹੀ ਬੱਤਕਾਂ
ਤੇ ਮਿੱਤਰੋ ਫਾਈਨਲੀ ਆਪਾਂ ਮਤਲਬ ਸਾਰਾ ਕੁਝ ਦੇਖ ਆ ਚੁੱਕੇ ਆ ਤੇ ਥੋੜਾ ਬਹੁਤ ਯਾਰ ਮਤਲਬ ਆਦਰ ਨਾਲੋਂ ਜ਼ਿਆਦਾ ਮਤਲਬ ਸਾਰੇ ਜਿੰਨੇ ਵੀ ਸੀਗੇ ਜੀਵ ਜੰਤੂ ਸਾਰੇ ਸੋ ਗਏ ਸੀਗੇ ਤੇ ਬਾਕੀ ਲੇਟ ਹੋ ਗਏ ਸੀ ਥੋੜਾ ਹਾਂ ਥੋੜਾ ਲੇਟ ਹੋ ਗਏ ਸੀਗੇ ਤੇ ਉਹਦੇ ਕਰਕੇ ਬਾਕੀ ਤੇ ਬਾਕੀ ਯਾਰ ਜੇ ਵਲੌਗ ਵਧੀਆ ਲੱਗਿਆ ਹੋਊਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਬਾਏ।